ਧਰਮ ਅਤੇ ਵਿਰਸਾ ਕਲੱਬ ਲੁਧਿਆਣਾ ਵੱਲੋਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਯੋਗ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਕਲੱਬ ਦੇ ਪ੍ਰਧਾਨ ਸਰੂਪ ਸਿੰਘ ਮਠਾੜੂ, ਚੇਅਰਮੈਨ ਇੰਦਰਪ੍ਰੀਤ ਸਿੰਘ ਟਿਵਾਣਾ ਦੀ ਯੋਗ ਅਗਵਾਈ, ਕੋਚ ਹਰਜੀਤ ਸਿੰਘ ਸੈਣੀ, ਢੋਲੀ ਮੰਗੂ ਉਸਤਾਦ ਦੀ ਦੇਖਰੇਖ ਹੇਠ ਇੱਕ ਭੰਗੜਾ ਸਿਖਲਾਈ ਕੈਂਪ ਪੰਜਾਬ ਟ੍ਰੇਡ ਸੈਂਟਰ ਮਿਲਰਗੰਜ ਲੁਧਿਆਣਾ ਵਿਖੇ ਸ਼ੁਰੂ ਕੀਤਾ ਗਿਆ। ਇਸ ਕੈਂਪ ਦੀ ਵਿਸ਼ੇਸ਼ਤਾ ਇਹ ਵੇਖਣ ਨੂੰ ਮਿਲੀ ਕਿ ਇਸ ਕੈਂਪ ਵਿੱਚ ਪੁੰਗਰ ਦੀ ਉਮਰ ਦੇ ਬੱਚਿਆਂ ਤੋਂ ਲੈ ਕੇ ਨੌਜਵਾਨ ਬੱਚੇ ਬੱਚੀਆਂ ਦੇ ਨਾਲ ਨਾਲ 3-4 ਦਹਾਕੇ ਦੀ ਉਮਰ ਪਾਰ ਕਰ ਚੁੱਕੀਆਂ ਔਰਤਾਂ ਅਤੇ ਮਰਦ ਵੀ ਭਾਗ ਲੈ ਰਹੇ ਹਨ। ਆਓ ਵੇਖਦਿਆਂ ਇਸ ਕੈਂਪ ਦੀ ਇੱਕ ਝਲਕ।
ਤੁਸੀਂ ਵੇਖ ਹੀ ਲਿਆ ਹੈ ਕਿ ਨੌਜਵਾਨ ਬੱਚੇ ਬੱਚਿਆਂ 'ਚ ਕਿੰਨਾ ਜੋਸ਼ ਅਤੇ ਜਨੂੰਨ ਹੈ ਪੰਜਾਬੀ ਸੱਭਿਆਚਾਰ ਦੇ ਉਸ ਅਣਮੁੱਲੇ ਅੰਗ ਭੰਗੜੇ ਦਾ ਜਿਸ ਦੀ ਧਾਕ ਦੇਸ਼ ਵਿਦੇਸ਼ ਵਿੱਚ ਗੂੰਜਦੀ ਹੈ। ਆਓ ਸੁਣਦੇ ਹਾਂ ਕੀ ਕਹਿਣਾ ਹੈ ਇਸ ਬਾਰੇ ਆਯੋਜਕਾਂ ਅਤੇ ਬੱਚੇ ਬੱਚੀਆਂ ਦਾ। ਮਾਈ ਨੇਮ ਇਜ਼ ਗੁਰਸਿਫਤ ਕੌਰ ਐਂਡ ਇੱਥੇ ਮੈਨੂੰ ਆ ਕੇ ਬਹੁਤ ਅੱਛਾ ਲੱਗ ਰਿਹਾ ਹੈ, ਨਾਲੇ ਸਾਨੂੰ ਬਹੁਤ ਛੁੱਟੀਆਂ ਹੋਈਆਂ, ਬਹੁਤ ਇੰਜੋਏ ਕਰਦੇ ਹਾਂ। ਸਾਡੇ ਟੀਚਰ ਸਾਨੂੰ ਬਹੁਤ ਅੱਛੀ ਤਰ੍ਹਾਂ ਸਿਖਾਉਂਦੇ ਆ, ਅਸੀਂ ਆਪਣੀ ਛੁੱਟੀਆਂ ਬਹੁਤ ਅੱਛੀ ਇੰਜੋਏ ਕਰ। ਮੇਰਾ ਨਾਮ ਅਰਵੀਰ ਸਿੰਘ, ਸਾਨੂੰ ਛੁੱਟੀਆਂ ਹੋਈਆਂ ਨੇ, ਅਸੀਂ ਇੱਥੇ ਇੰਜੋਏ ਵੀ ਕਰਦੇ ਹਾਂ ਅਤੇ ਭੰਗੜਾ ਵੀ ਪਾਉਂਦੇ ਹਾਂ। ਸਾਡਾ ਪੰਜਾਬੀ ਕਲਚਰ ਇਹ ਹੈ ਭੰਗੜਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਬਲਜੋਤ ਸਿੰਘ ਹੈ ਅਤੇ ਮੈਂ ਇੱਥੇ ਭੰਗੜਾ ਸਿੱਖਣ ਆਉਂਦਾ ਹਾਂ ਅਤੇ ਸਾਨੂੰ ਛੁੱਟੀਆਂ ਵੀ ਹੋਈਆਂ ਨੇ, ਅਸੀਂ ਇੱਥੇ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਹਾਂ। ਸਾਨੂੰ ਇੱਥੇ ਭੰਗੜਾ ਵੀ ਸਿੱਖਣ ਨੂੰ ਮਿਲਦਾ ਕਿਉਂਕਿ ਭੰਗੜਾ ਸਾਡਾ ਸੱਭਿਆਚਾਰਿਕ, ਜਿਹਨੂੰ ਕਹਿ ਸਕਦੇ ਹਾਂ ਅਸੀਂ ਪੰਜਾਬ ਦਾ ਸੱਭਿਆਚਾਰਿਕ ਭੰਗੜਾ ਹੈਗਾ। ਅਤੇ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਅੱਜ ਕੱਲ੍ਹ ਲੋਕ ਹੋਰ ਡਾਂਸਾਂ ਵੱਲ ਜਾ ਰਹੇ ਨੇ ਅਤੇ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਉਹ ਭੰਗੜਾ ਆ ਕੇ ਸਿੱਖਣ ਅਤੇ ਸਾਡਾ ਲੋਕ ਨਾਚ ਹੈ ਪੰਜਾਬ ਦਾ। ਮੇਰਾ ਨਾਮ ਕੀਰਤੀ ਸ਼ਰਮਾ ਹੈ, ਮੈਨੂੰ ਇੱਥੇ ਭੰਗੜਾ ਕੈਂਪ 'ਚ ਜੁਆਇਨ ਕਰਕੇ ਬਹੁਤ ਵਧੀਆ ਲੱਗ ਰਿਹਾ ਹੈ। ਇੱਥੇ ਬਹੁਤ ਵਧੀਆ ਫੈਸਿਲਿਟੀਜ਼ ਨੇ ਅਤੇ ਸਾਰਾ ਕੁਛ ਬਹੁਤ ਵਧੀਆ, ਛੁੱਟੀਆਂ ਇੰਜੋਏ ਕਰ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪ੍ਰਿਆ ਲੋਟੇ ਹੈ, ਮੈਂ ਅੱਜ ਇੱਥੇ ਧਰਮ ਔਰ ਵਿਰਸਾ ਕਲੱਬ ਦੇ ਵਿੱਚ ਸਾਨੂੰ ਜੁਆਇਨਿੰਗ ਕੀਤੇ ਨੂੰ 1 ਜੂਨ ਤੋਂ ਅਸੀਂ ਜੁਆਇਨ ਕੀਤਾ ਹੋਇਆ ਵਾ। ਸਾਰੇ ਬੱਚੇ ਇੱਥੇ ਆ ਰਹੇ ਨੇ, ਬਹੁਤ ਇੰਜੋਏ ਕਰ ਰਹੇ ਨੇ ਔਰ ਸਾਡਾ ਮੂਲ ਹੈਗਾ ਮੰਤਰ ਇਹ ਆ ਕਿ ਅਸੀਂ ਬੱਚਿਆਂ ਨੂੰ ਭੰਗੜਾ ਸਿਖਾਉਣਾ ਔਰ ਨਸ਼ਿਆਂ ਤੋਂ ਮੁਕਤ ਕਰਨਾ। ਔਰ ਤੁਸੀਂ ਦੇਖੋ ਕਿ ਬੱਚੇ ਕਿੰਨਾ ਇੰਜੋਏ ਕਰ ਰਹੇ ਆ, ਇਹਨਾਂ ਦੇ ਫੇਸ ਤੋਂ ਤੁਹਾਨੂੰ ਪਤਾ ਲੱਗ ਜੂਗਾ, ਇਹਨਾਂ ਦੀ ਐਕਸਪ੍ਰੈਸ਼ਨ ਤੋਂ ਕਿ ਬੱਚੇ ਬਹੁਤ ਖੁਸ਼ ਨੇ ਇੱਥੇ ਆ ਕੇ, ਆਪਣੇ ਆਪ ਨੂੰ ਸਰੀਰਕ ਤੌਰ 'ਤੇ ਫਿੱਟ ਰੱਖ ਰਹੇ ਨੇ। ਔਰ ਅਸੀਂ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਕਿ ਜਿਹੜੇ ਸਾਡੇ ਨੇੜੇ ਇੱਥੇ ਪੰਜਾਬ ਦੇ ਕੋਲੇ ਨੇੜੇ ਜੋ ਵੀ ਜਿੰਨੇ ਵੀ ਹੈਗੇ ਆ, ਅਗਰ ਤੁਸੀਂ ਭੰਗੜੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਇਸ ਕਲੱਬ ਨੂੰ ਪਲੀਜ਼ ਜ਼ਰੂਰ ਜੁਆਇਨ ਕਰੋ। ਸਾਡੀ ਕਲੱਬ ਧਰਮ ਅਤੇ ਵਿਰਸਾ ਕਲੱਬ ਪੰਜਾਬ ਬੜੇ ਲੰਬੇ ਸਮੇਂ ਤੋਂ ਵਿਰਸੇ ਨੂੰ ਸਾਂਭਣ ਲਈ ਉਪਰਾਲੇ ਕਰਦੀ ਆ ਰਹੀ ਹੈ। ਇਸੇ ਸੋਚ ਨੂੰ ਮੁੱਖ ਰੱਖਦੇ ਹੋਏ ਅਸੀਂ ਭੰਗੜਾ ਕੈਂਪ ਲਵਾਉਣ ਦੇ ਵਿੱਚ ਕਾਮਯਾਬ ਹੋਏ ਹਾਂ। ਅਸੀਂ ਇੱਥੇ ਕੈਂਪ 'ਚ ਦੇਖਣ ਨੂੰ ਦੇਖ ਰਹੇ ਹਾਂ ਕਿ ਇਲਾਕੇ ਦੇ ਲੋਕਾਂ ਦੇ ਵਿੱਚ ਬਹੁਤ ਸ਼ੌਕ, ਖਾਸ ਤੌਰ 'ਤੇ ਬੱਚਿਆਂ ਦੇ ਵਿੱਚ, ਬਜ਼ੁਰਗਾਂ ਦੇ ਵਿੱਚ ਇਸ ਭੰਗੜੇ ਕੈਂਪ ਦੇ ਸੰਬੰਧੀ ਬਹੁਤ ਸ਼ੌਕ ਸੀ। ਖਾਸ ਤੌਰ 'ਤੇ ਇਸ ਸਿਖਲਾਈ ਲਈ ਜੋ ਕੋਚ ਸਾਹਿਬ ਨੇ, ਹਰਜੀਤ ਸਿੰਘ ਜੀ, ਸੈਣੀ ਸਾਹਿਬ, ਇਹਨਾਂ ਦਾ ਕਲੱਬ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ। ਮੰਗੂ ਉਸਤਾਦ ਜੀ ਜੋ ਇੰਟਰਨੈਸ਼ਨਲ ਟੋਲੀ ਨੇ, ਇਹ ਦੋਵੇਂ ਔਰ ਇਹਨਾਂ ਦੇ ਨਾਲ ਜੋ ਟੀਮ ਹੈ ਬੜੀ ਮਿਹਨਤ ਮੁਸ਼ੱਕਤ ਦੇ ਨਾਲ ਭੰਗੜਿਆਂ ਨੂੰ ਸਿਖਾਉਣ ਦੇ ਵਿੱਚ ਸਾਡੀ ਮਦਦ ਕਰ ਰਹੀ ਹੈ, ਬੱਚਿਆਂ ਨੂੰ ਸਿਖਾਉਣ ਦਾ ਉਪਰਾਲਾ ਕਰ ਰਹੀ ਹੈ। ਜੇ ਕਿਤੇ ਪੰਜਾਬੀ ਦੀ ਪਹਿਚਾਣ ਦੱਸਣੀ ਹੋਵੇ ਤਾਂ ਸੋਹਣੀ ਪੱਗ 'ਤੇ ਭੰਗੜਾ, ਇਸ ਤੋਂ ਵੱਡੀ ਕੋਈ ਹੋਰ ਪਹਿਚਾਣ ਨਹੀਂ ਹੋ ਸਕਦੀ। ਅਸੀਂ ਹੋਰ ਜਿੰਨੇ ਵੀ ਇਸ ਭੰਗੜਾ ਨੂੰ ਸਿੱਖਣਾ ਚਾਹੁੰਦੇ ਨੇ ਲੋਕ, ਇਸ ਕੈਂਪ ਰਾਹੀਂ, ਇਸ ਮੀਡੀਆ ਰਾਹੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਕੈਂਪ 'ਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ
ਇਸ ਵਿਰਸੇ ਨੂੰ ਸਾਂਭਣ ਦੇ ਲਈ ਜੋ ਅਸੀਂ ਹੰਗਾਰਾ ਕਰ ਰਹੇ ਹਾਂ, ਸਾਡਾ ਸਾਥ ਦਿਓ ਔਰ ਸਾਡਾ ਸਹਿਯੋਗ। ਧਰਮ ਤੇ ਵਿਰਸਾ ਕਲੱਬ ਵੱਲੋਂ ਜੋ ਪਿਛਲੇ ਕਾਫੀ ਸਮੇਂ ਤੋਂ ਬਹੁਤ ਵਧੀਆ ਐਕਟੀਵਿਟੀਜ਼ ਕੀਤੀਆਂ ਜਾਂਦੀਆਂ ਨੇ, ਉਸੇ ਤਹਿਤ ਅੱਜ ਇਹ ਗਰਮੀਆਂ ਦਾ ਜੋ ਅਸੀਂ ਭੰਗੜਾ ਸਿਖਲਾਈ ਕੈਂਪ ਸ਼ੁਰੂ ਕੀਤਾ ਹੈ, ਸਾਨੂੰ ਬਹੁਤ ਹੀ ਅੱਛਾ ਰਿਸਪੋਂਸ ਮਿਲਿਆ। ਮਾਨਯੋਗ ਇੰਦਰਪ੍ਰੀਤ ਸਿੰਘ ਜੀ ਟਵਾਣਾ, ਪ੍ਰਧਾਨ ਜੀ ਸਰੂਪ ਸਿੰਘ ਜੀ ਮਠਾੜੂ ਔਰ ਦਾਸ ਮਨਜੀਤ ਸਿੰਘ ਜੀ, ਜਿੱਥੇ ਸਾਡੀ ਕਲੱਬ ਦੇ ਹੋਰ ਸਾਡੇ ਸਾਰੇ ਮੈਂਬਰ ਸਾਹਿਬਾਨ ਸਾਨੂੰ ਸਹਿਯੋਗ ਦੇ ਰਹੇ ਨੇ, ਉੱਥੇ ਹੀ ਸਾਡੇ ਮੁੱਖ ਕੋਚ ਸੈਣੀ ਸਾਹਿਬ ਅਤੇ ਇੰਟਰਨੈਸ਼ਨਲ ਭੰਗੜਾ ਜਿਹੜੇ ਢੋਲੀ ਨੇ ਉਸ ਮੰਗੂ ਜੀ, ਉਹਨਾਂ ਦਾ ਵਿਸ਼ੇਸ਼ ਸਹਿਯੋਗ ਆ। ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਜਿਹੜੀਆਂ ਐਕਟੀਵਿਟੀਜ਼ ਅਸੀਂ ਅੱਗੇ ਕੈਰੀ ਔਨ ਕਰਾਂਗੇ, ਤਾਂ ਕਿ ਜਿਹੜੇ ਨੌਜਵਾਨ ਆ ਉਹ ਨਸ਼ਿਆਂ ਤੋਂ ਰਹਿਤ ਹੋ ਕੇ ਆਪਣੇ ਵਿਰਸੇ ਨਾਲ ਜੁੜਨ। ਭੰਗੜੇ ਨਾਲ ਜਿੱਥੇ ਤੁਸੀਂ ਸਰੀਰਕ ਐਕਟੀਵਿਟੀ ਤੁਹਾਡੀ ਕਾਇਮ ਰਹਿੰਦੀ ਆ, ਸਰੀਰਕ ਤੌਰ ਤੁਸੀਂ ਫਿੱਟ ਰਹਿੰਦੇ ਹੋ, ਨੌਜਵਾਨ ਨੌ ਲੇਡੀਜ਼ ਭੈਣਾਂ ਭਰਾ ਅਤੇ ਬਜ਼ੁਰਗ ਜਿੱਥੇ ਬਹੁਤ ਗਿਣਤੀ ਵਿੱਚ ਇੱਥੇ ਇਸ ਭੰਗੜੇ ਵਿੱਚ ਪਾਰਟੀਸਪੇਟ ਕਰ ਰਹੇ ਨੇ, ਅਸੀਂ ਆਸ ਕਰਦੇ ਹਾਂ ਅਤੇ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ, ਇਸੇ ਤਰ੍ਹਾਂ ਹੀ ਇਹ ਐਕਟੀਵਿਟੀ ਸਾਡੀਆਂ ਜਾਰੀ ਰਹਿਣਗੀਆਂ। ਮੇਰਾ ਨਾਮ ਸੁਖਦੇਵ ਸਿੰਘ ਹੈ ਜੀ। ਮੈਨੂੰ ਬਹੁਤ ਖੁਸ਼ੀ ਹੁੰਦੀ ਆ, ਮੈਂ ਆਪਣੇ ਬੱਚੇ ਨੂੰ ਲੈ ਕੇ ਆਉਂਦਾ, ਸਾਰੇ ਲੋਕ ਇੱਥੇ ਆਉਂਦੇ ਆ। ਧਰਮ ਅਤੇ ਵਿਰਸਾ ਜਿਹੜਾ ਸਿਖਲਾਈ ਕੈਂਪ ਲਾਇਆ, ਇਹਨਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਜੀ, ਇੱਕ ਭੰਗੜੇ ਨੂੰ ਉਤਸ਼ਾਹਿਤ ਕਰਨ ਵਾਸਤੇ, ਕਿਉਂਕਿ ਆਪਣਾ ਵਿਰਸਾ ਭੰਗੜਾ ਹੀ ਆ। ਆਪਾਂ ਹੋਰ ਤਰ੍ਹਾਂ ਤਰ੍ਹਾਂ ਦੇ ਡਾਂਸ ਕਰਨ ਵਾਸਤੇ ਜਾਂਦੇ ਹਾਂ, ਆਪਾਂ ਜਿੰਮਾਂ 'ਚ ਜਾਂਦੇ ਹਾਂ ਆਪਣੇ ਸਰੀਰ ਨੂੰ ਫਿੱਟ ਰੱਖਣ ਵਾਸਤੇ। ਮੇਰਾ ਖਿਆਲ ਹੈ ਕਿ ਅਗਰ ਆਪਾਂ ਸਹੀ ਤਰੀਕੇ ਨਾਲ ਇੱਕ ਘੰਟਾ ਆ ਕੇ ਇੱਥੇ ਭੰਗੜਾ ਪਾਉਂਦੇ ਹਾਂ ਤਾਂ ਆਪਣੀ ਪੂਰੀ ਬੋਡੀ ਦੀ ਐਕਸਰਸਾਈਜ਼ ਹੁੰਦੀ ਆ। ਇਹ ਇੱਕ ਵਧੀਆ ਉਪਰਾਲਾ ਹੈ ਔਰ ਮੈਂ ਧੰਨਵਾਦ ਕਰਦਾ ਇਹਨਾਂ ਸਾਰੇ ਲੋਕਾਂ ਦਾ, ਸੈਣੀ ਸਾਹਿਬ ਦਾ, ਢੋਲੀ ਸਾਹਿਬ ਦਾ, ਜਿੰਨਾ ਵੀ ਸਟਾਫ ਹੈ, ਔਰ ਬੱਚਿਆਂ ਵਾਸਤੇ ਇੱਕ ਵਧੀਆ ਮੌਕਾ ਹੈ। ਸਾਰੇ ਬੱਚਿਆਂ ਨੂੰ ਇੱਥੇ ਆ ਕੇ ਇੱਕ ਮਹੀਨਾ ਆਪਣੇ ਛੁੱਟੀਆਂ ਦਾ ਫਾਇਦਾ ਲੈਣਾ ਚਾਹੀਦਾ। ਅੱਜ ਅਸੀਂ ਧਰਮ ਅਤੇ ਵਿਰਸਾ ਕਲੱਬ ਦੇ ਬੈਨਰ ਹੇਠ ਜੋ ਭੰਗੜਾ ਕੈਂਪ ਲਾਇਆ ਹੋਇਆ, ਬਹੁਤ ਹੀ ਸਾਨੂੰ ਇਹ 'ਚ ਸਹਿਯੋਗ ਦਿੱਤਾ ਸਾਡੇ ਸਾਰੀ ਟੀਮ ਨੇ, ਜਿੰਨੇ ਸਾਡੇ ਮੈਂਬਰ ਸਾਹਿਬਾਨ ਨੇ ਦੇ ਇਲਾਕਾ ਨਿਵਾਸੀ ਨੇ, ਹੋਰ ਵੀ ਦੂਰੋਂ ਨੇੜਿਓਂ ਜਿੰਨੇ ਵੀ ਸਾਡੇ ਸੰਗਤ ਇੱਥੇ ਪਹੁੰਚ ਰਹੇ ਨੇ, ਬਹੁਤ ਇਹਨਾਂ ਸਾਥ ਦਿੱਤਾ। ਔਰ ਇਹ ਕੈਂਪ ਪੰਜਾਬ ਟਰੇਡ ਸੈਂਟਰ ਵਿਖੇ ਆਪਣਾ SBI ਬੈਂਕ ਦੇ ਨੇੜੇ ਲਗਾਇਆ ਹੋਇਆ ਹੈ। ਸਾਰਿਆਂ ਨੂੰ ਬੇਨਤੀ ਆ ਕਿ ਇਸ ਭੰਗੜਾ ਕੈਂਪ ਦੇ ਵਿੱਚ ਜੁੜੋ ਤਾਂ ਕਿ ਸਰੀਰ ਤੰਦਰੁਸਤ ਫਿੱਟ ਰਹੇ, ਤਾਂ ਕਿ ਅਸੀਂ ਵਿਰਸੇ ਨਾਲ ਜੁੜੇ ਰਹੀਏ। ਬਸਕਾਰ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਕਮਲਦੀਪ ਗਰਚਾ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।